रोजाना जिंदगी उस वेले होर भी ज़्यादा बदतर हो गई जदों असी जो भी थोड़ा बहुत समाजिक जीवन जीउंदे सां उस उत्ते भी कोविड-19 ने कब्जा कर लिया। जदों दुनिया लॉकडाउन च चली गई तां अपने घर दे चारों कोनियां अंदर महीनियां बिताउण तों बाद घूमण फिरन ते इह पता लगाउण उत्ते रोक लग गई कि जिंदगी तों होर की कुछ मिल सकदा है। जिंदगी खुद ताले च बंद हो गई। साडे अंदर दी मुक्ति आत्मा दी इक्को इक इच्छा जीवन दे तनाव नूं घट करना ते गुजर रहे जीवन नूं वधेरे आनंद नाल जीउणा है। इस लई रोमांच दी इस अनुभूति नूं हासिल करन लई असीं तुहानूं कोंटायम दी सब तों उच्चियां पहाड़ियां विचों इक मुथुकोरमाला दीआं पहाड़ियां उत्ते लै के चलदे हां। ਇਹ ਚੜ੍ਹ ਕੇ ਸਿਖਰ ਉੱਤੇ ਪਹੁੰਚਣ ਵਾਲਿਆਂ ਨੂੰ ਆਪਣੀ ਕੁਦਰਤੀ ਹਰਿਆਲੀ ਦਾ ਇਨਾਮ ਦੇਣ ਲਈ ਉਡੀਕ ਕਰਦੀਆਂ ਹਨ। ਉੱਪਰ ਨੂੰ ਜਾਂਦੇ ਹੋਏ ਪਹਾੜ ਉੱਤੇ ਚੜ੍ਹਨ ਦਾ ਰਾਹ ਸੰਕਰਾ ਹੁੰਦਾ ਜਾਂਦਾ ਹੈ। ਇੱਥੇ ਚੜ੍ਹਨ ਵਾਲੇ ਹਿੰਮਤੀ ਲੋਕਾਂ ਨੂੰ ਰੋਮਾਂਚ ਦਾ ਅਨੁਭਵ ਹੁੰਦਾ ਹੈ। ਚੜ੍ਹਨ ਵਾਲਿਆਂ ਨੂੰ ਆਪਣੀ ਲੰਬਾਈ ਦੇ ਬਰਾਬਰ ਜੰਗਲੀ ਘਾਹ ਦੇਖ ਕੇ ਖੁਸ਼ੀ ਮਿਲਦੀ ਹੈ, ਜਿਸ ਨੂੰ ਸਥਾਨਕ ਭਾਸ਼ਾ ਵਿੱਚ ਕੋਠਾ ਪੁੱਲੂ ਕਿਹਾ ਜਾਂਦਾ ਹੈ। ਸਿਖਰ ਉੱਤੇ ਪਹੁੰਚਣ ਤੋਂ ਬਾਅਦ ਤੁਸੀਂ ਇਹਨਾਂ ਵਿਸ਼ਾਲ ਪਹਾੜਾਂ ਉੱਤੇ ਬੱਦਲਾਂ ਦੀ ਤਰ੍ਹਾਂ ਚਾਰੇ ਪਾਸੇ ਧੁੰਦ ਫੈਲੀ ਵੇਖਦੇ ਹੋ। ਤੁਹਾਡੀਆਂ ਨਜ਼ਰਾਂ ਸਾਹਮਣੇ ਇਹ ਨਜ਼ਾਰੇ ਕੁਦਰਤੀ ਖੂਬਸੂਰਤੀ ਵਿਖੇਰਦੇ ਹਨ, ਜਿਸ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਕਿ ਇਹ ਸਾਹਸੀ ਕੰਮ ਦੇ ਹਰ ਕਦਮ ਦਾ ਮੁੱਲ ਸੀ। ਕੇਰਲ ਦੇ ਕੋਂਟਾਯਮ ਜ਼ਿਲ੍ਹੇ ਦੇ ਕੁਨੋਨੀ ਦੇ ਕੋਲ ਮੁਥੁਕੋਰਮਾਲਾ ਹਿਲਸ ਹੈ। ਕੋਚੀਨ ਕੌਮਾਂਤਰੀ ਹਵਾਈ ਅੱਡੇ ਤੋਂ ਇੱਥੇ ਪਹੁੰਚਣ ਲਈ ਸੜਕ ਰਾਹੀਂ 2 ਘੰਟੇ 45 ਮਿੰਟ ਲੱਗਦੇ ਹਨ ਅਤੇ ਕੋਂਟਾਯਮ ਰੇਲਵੇ ਸਟੇਸ਼ਨ ਤੋਂ ਇਹ 1.5 ਘੰਟੇ ਦੀ ਦੂਰੀ ਉੱਤੇ ਹੈ। ਜੇ ਸਤੰਬਰ ਦੇ ਅੱਧ ਤੋਂ ਲੈ ਕੇ ਫਰਵਰੀ ਦੇ ਵਿੱਚ ਇੱਥੇ ਆਈਏ ਤਾਂ ਇਹ ਥਾਂ ਤੁਹਾਨੂੰ ਸਭ ਤੋਂ ਚੰਗੀ ਠੰਡ ਤੇ ਧੁੰਦਲੇ ਬੱਦਲ ਦੇ ਨਾਲ ਸਵਰਗ ਦਾ ਨਜ਼ਾਰਾ ਦਿੰਦੀ ਹੈ। ਇਸ ਵਿਸ਼ਾਲ ਪਹਾੜੀ ਉੱਤੇ ਚੜ੍ਹਨਾ ਸੌਖਾ ਨਹੀਂ ਹੈ। ਸੁਰੱਖਿਆ ਦੇ ਉਪਾਅ ਨਾ ਕੀਤੇ ਜਾਣ ਉੱਤੇ ਇਹ ਮਨਮੋਹਣੀ ਸੁੰਦਰਤਾ ਇੱਕ ਮਹਿੰਗਾ ਸੌਦਾ ਹੈ। ਤੁਰਨ ਵਾਲੇ ਰਸਤੇ ਉੱਤੇ ਬਿਖਰੇ ਹੋਏ ਇਹ ਪੱਥਰ ਤੁਹਾਡੀ ਸੁਰੱਖਿਆ ਨੂੰ ਧੋਖਾ ਦੇ ਸਕਦੇ ਹਨ, ਇਸ ਲਈ ਇੱਥੇ ਇੱਕ ਸਾਥੀ ਨਾਲ ਟ੍ਰੈਕਿੰਗ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। അടുത്ത കാലത്തായി ചെറുപ്പക്കാർ ട്രക്കിങ്ങിന് വേണ്ടി തിരഞ്ഞെടുക്കുന്ന അതിസാഹസികമായ ഒരു മലയാണ്. ഇവിടേക്ക് വരുന്നവരോടുള്ള ഒരു അഭ്യർത്ഥന, യാതൊരു കാരണവശാലും ഇടിമിന്നലും ശക്തമായ മഴയുമുള്ള സമയത്ത് വരാൻ പാടില്ല. അപകടം നിറഞ്ഞ സ്ഥലമാണ്. എങ്കിലും പ്രകൃതി രമണീയമായ ഈ പ്രദേശം കേരളത്തിൻ്റെ ടൂറിസം മാപ്പിൽ കടന്നു വരുമ്പോൾ എന്താണ് മുതുകോരമലയെന്ന് കാണാനും അതിൻ്റെ സൗന്ദര്യം ആസ്വദിക്കാനും എല്ലാവരെയും ക്ഷണിക്കുക. ਮੁਥੁਕੋਰਮਾਲਾ ਦੀਆਂ ਪਹਾੜੀਆਂ ਬੈਂਗਨਮ ਪਹਾੜੀ ਸ਼੍ਰੇਣੀਆਂ ਦੇ ਸਮਾਂਤਰ ਉਸੇ ਪੱਧਰ ਉੱਤੇ ਉੱਚੀਆਂ ਹਨ। ਇਹ ਕੋਂਟਾਯਮ 'ਚ ਜੋ ਇੱਕ ਦੂਜੀ ਪਹਾੜੀ ਸ਼੍ਰੇਣੀ ਇਲੀਕਲ ਮਾਲਾ ਹੈ, ਇਹ 19 ਹੀ ਲੰਬੀ ਹੈ। ਇਲੀਕਲ ਵੀ ਜ਼ਿਲ੍ਹੇ 'ਚ ਸੈਰ ਸਪਾਟੇ ਦਾ ਮੁੱਖ ਖਿੱਚ ਦਾ ਕੇਂਦਰ ਹੈ। ਸਥਾਨਕ ਲੋਕ ਧਨਾਨਵਾਲ ਅਤੇ ਮੁਥੁਕੋਰਮਾਲਾ ਦੀਆਂ ਪਹਾੜੀਆਂ ਦੀਆਂ ਵਾਦੀਆਂ ਵਿੱਚ ਬਹੁਤ ਸਾਰੇ ਸੈਲਾਨੀਆਂ ਨੂੰ ਵੇਖਦੇ ਹੀ ਖੁਸ਼ ਹੋ ਜਾਂਦੇ ਹਨ, ਕਿਉਂਕਿ ਪਹਾੜ ਹੌਲੀ ਹੌਲੀ ਇੱਕ ਸੈਰ ਸਪਾਟਾ ਕੇਂਦਰ ਬਣ ਰਿਹਾ ਹੈ। ഞങ്ങളിവിടെ താമസിക്കുന്ന കുറച്ച് ആൾക്കാരേ ഉള്ളൂ. ഇവിടുന്ന് ആൾക്കാർ വരുന്നതിൽ നമുക്ക് സന്തോഷം കുറവൊന്നുമില്ല. പക്ഷേ വരുന്നവരെ ഇവിടെ ജീവിക്കുന്നവർക്ക് ബുദ്ധിമുട്ട് വരുത്തരുത്. ഞങ്ങളുടെ കുടിവെള്ളമൊക്കെ അവിടെ നിന്ന് ഓലിയിൽ നിന്നൊക്കെ എടുക്കുന്നത്, ഇവിടെ നിന്ന് പ്ലാസ്റ്റിക്കും കുപ്പികളും ഒക്കെ കൊണ്ടുവന്ന് വലിച്ചെറിയുന്നു. ഇവിടെ ആൾക്കാർക്ക് സൗകര്യജീവിതത്തിന് ഒരു തടസ്സം വരികയില്ലാത്ത രീതിയിൽ കൂടെ ആര് വന്നാലും ഞങ്ങൾക്ക് സ്വാഗതം. ਇਸ ਦੇ ਮਨੋਹਰ ਢੰਗ ਨਾਲ ਸਜੀ ਕੁਦਰਤ ਤੋਂ ਇਲਾਵਾ ਇੱਥੇ ਇੱਕ ਗ੍ਰੇਨਾਈਟ ਪੱਥਰਾਂ ਨਾਲ ਬਣਿਆ ਬੰਗਲਾ ਵੀ ਹੈ, ਜਿਸ ਨੂੰ ਬਹੁਤ ਪਹਿਲਾਂ ਇੱਕ ਵਿਦੇਸ਼ੀ ਨੇ ਬਣਾਇਆ ਸੀ। ਸਥਾਨਕ ਭਾਸ਼ਾ ਵਿੱਚ ਮਾਰਕਿਸ ਪਿੰਡੇ ਬੰਗਲਾ ਕਿਹਾ ਜਾਂਦਾ ਹੈ। ਮੁਥੁਕੋਰਮਾਲਾ ਦੀਆਂ ਪਹਾੜੀਆਂ ਤੋਂ ਵੈਭਵ ਨੂੰ ਜੋੜਦਾ ਹੈ। ਇਹ ਥਾਂ ਜ਼ਿਆਦਾ ਤੋਂ ਜ਼ਿਆਦਾ ਸੈਲਾਨੀਆਂ ਅਤੇ ਹਿੰਮਤੀ ਲੋਕਾਂ ਦਾ ਇੰਤਜ਼ਾਰ ਕਰਦੀ ਹੈ, ਕਿਉਂਕਿ ਕੋਵਿਡ ਤੋਂ ਬਾਅਦ ਜੋ ਇਹਨਾਂ ਪਹਾੜੀਆਂ ਦੇ ਕੋਲ ਹੈ ਉਹ ਉਨਾ ਹੀ ਦੁਰਲੱਭ ਨਜ਼ਾਰਾ ਪੇਸ਼ ਕਰਨਾ ਚਾਹੁੰਦੀ ਹੈ। ਬਿਊਰੋ ਰਿਪੋਰਟ, ETV ਭਾਰਤ। To watch 24/7 News Live, download ETV Bharat app.